ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ। ਪਿਛਲੇ ਕਰੀਬ 5 ਸਾਲਾਂ ਤੋਂ ਇਹਨਾਂ ਅਧਿਆਪਕਾਂ ਵੱਲੋਂ ਕਈ ਧਰਨੇ ਲਗਾਏ ਗਏ ਤੇ ਕਈ ਵਾਰ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਵੀ ਪ੍ਰਦਰਸ਼ਨ ਕੀਤਾ ਗਿਆ। ਇਸੇ ਸਭ ਦੇ ਚੱਲਦੇ ਕੱਲ ਦੇਰ ਸ਼ਾਮ ਅਧਿਆਪਕਾਂ ਵੱਲੋਂ 23 ਤਰੀਕ ਦੀ ਮੀਟਿੰਗ ਬੇਸ ਸਿੱਟਾ ਨਿਕਲਣ ਤੋਂ ਬਾਅਦ ਖਰੜ ਦਾ ਹਾਈਵੇ ਬਲੌਕ ਕਰ ਦਿੱਤਾ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਉੱਥੇ ਹੀ ਰੋਡ ਬਲੌਕ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐਂਬੂਲੈਂਸ ਅਤੇ ਮੈਡੀਕਲ ਕਾਰਨਾਂ ਤੋਂ ਇਲਾਵਾ ਸਭ ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਮਾਹੌਲ ਤਣਾਅਪੂਰਨ ਹੋ ਸਕਦਾ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਕਰ ਲਿਆ ਗਿਆ। ਦੂਜੇ ਪਾਸੇ ਅਧਿਆਪਕਾਂ ਵੱਲੋਂ ਕਿਹਾ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਆਓ ਵੇਖਦੇ ਹਾਂ PBC ਨਿਊਜ਼ ਦੀ ਇਸ 'ਤੇ ਇੱਕ ਖਾਸ ਰਿਪੋਰਟ। ਇੱਥੇ ਜੀ ਅਸੀਂ PPT ਦਾ ਜੋ ਸੰਘਰਸ਼ ਚੱਲ ਰਿਹਾ ਉਹਦੇ ਸੰਬੰਧ 'ਚ ਸਾਡੀਆਂ ਦੋ ਭਰਤੀਆਂ ਆਈਆਂ ਆ ਚੁੱਕੀਆਂ ਹਨ ਜੀ। ਇੱਕ 6 ਮਾਰਚ 2020 ਨੂੰ ਆਈ ਸੀ, ਉਹਦਾ ਲਗਭਗ ਟੋਟਲੀ ਕੰਪਲੀਟ ਪ੍ਰੋਸੈਸ ਹੋ ਚੁੱਕਿਆ ਹੈ। ਉਸ ਤੋਂ ਬਾਅਦ ਸਾਡਾ ਮਤਲਬ ਟਾਵਰ ਸੰਘਰਸ਼ ਚੱਲਿਆ ਪਟਿਆਲੇ, ਕਿਸੇ ਨੂੰ ਭੁੱਲਣੀ ਹੈ। ਕੈਪਟਨ ਸਾਹਿਬ ਜੀ ਦਾ ਵੀ ਕੀਤਾ, ਚਲੋ ਸਾਨੂੰ ਅਗਵਾਈ ਕੀਤੀ ਗਈ ਮਾਨਯੋਗ ਕੈਪਟਨ ਸਾਹਿਬ ਨੇ। ਜਦੋਂ ਸਾਡਾ 2064 ਭਰਤੀ ਤੋਂ ਬਾਅਦ ਪਟਿਆਲੇ ਸਾਡਾ ਸੰਘਰਸ਼ ਟਾਵਰ ਅਤੇ ਸੁਰਿੰਦਰ ਪਾਲ ਜੀ ਚੜ੍ਹੇ ਰਹੇ ਅਤੇ ਕੈਪਟਨ ਸਾਹਿਬ ਦੀ ਯਾਦ ਦੇ ਵਿੱਚ ਸਾਨੂੰ ਕੋਈ ਸਾਡੀ ਮਤਲਬ ਕਦੀ ਜੀ ਸੈਕਟਰੀਏਟ ਦੀ ਮੀਟਿੰਗ ਮਿਲ ਜਾਂਦੀ ਸੀ, ਹਾਂਜੀ ਆ ਜਾਂਦੇ ਸੀ ਵਾਪਸ, ਕਦੀ ਸ਼ਿਸ਼ਮਾ ਫਾਰਮ ਕਰਾਓ, ਚਲੋ ਜੋ ਉਹਨਾਂ ਦਾ ਇਹੋ ਸੀ ਵੀ ਨਹੀਂ ਚੱਲਣਾ ਪੈਂਦੇ ਸੀ। ਹੁਣ ਇਸ ਵਕਤ ਸਾਡੇ 2064 ਭਰਤੀ 4,35 ਬਿਲਕੁਲ ਕੰਪਲੀਟ ਹੈ। ਉਹਨਾਂ ਨੂੰ ਜੋ ਛੋਟੇ ਮੋਟੇ ਕੇਸ ਹਨ ਹਾਈਕੋਰਟ ਦੇ ਵਿੱਚ, ਉਹ ਸਾਡੇ ਸਤਿਕਾਰਯੋਗ ਐਜੂਕੇਸ਼ਨ ਮਿਨਿਸਟਰ ਪ੍ਰਗਟ ਸਿੰਘ ਜੀ ਤੋਂ ਸਾਨੂੰ ਬਹੁਤ ਉਮੀਦ ਹੈ। ਉਹਨਾਂ ਨੇ ਇਹ ਵੀ ਗੱਲ ਸੁਝਾਅ ਦਿੱਤੀ ਹੈ ਕਿ ਜਿਹੜੀ ਬੱਚਿਆਂ ਦੇ ਰਾਸ਼ਟਰ ਨਿਰਮਾਤਾ ਹੈ ਉਹ ਸੜਕਾਂ 'ਤੇ ਰੋੜੇ ਆ, ਕਿਉਂ ਰੋੜੇ ਆ? ਇਹ ਅੱਜ ਅਸੀਂ ਗੱਲ ਕਹਿਣੀ ਚਾਹੁੰਦੇ ਹਾਂ ਕਿ ਅਸੀਂ ਖੂਬ ਜਾਣਦੇ ਹਾਂ ਕਿ ਜੋ ਸਰਕਾਰਾਂ ਹੁੰਦੀਆਂ ਨੇ ਉਹ ਜਾਣ ਬੁੱਝ ਕੇ ਟਿੰਡ ਚਕਾਨਾ ਪਾਉਂਦੀਆਂ ਵੀ ਕੋਈ ਨਾ ਕੋਈ ਜਾਂ ਇਹਨਾਂ ਦਾ ਕੇਸ ਬਣ ਜਾਵੇ, ਹਾਈਕੋਰਟ ਹੋਵੇ, ਇਹ ਚੋਣ ਜ਼ਾਬਤਾ ਆ ਜੇ, ਅਸੀਂ ਇਹ ਜੋ ਲੋਕਾਂ ਨੂੰ ਹੱਕ ਨਾ ਦੇ ਸਕੀਏ, ਖਜ਼ਾਨੇ 'ਤੇ ਕਬਜ਼ਾ ਕਰ ਲਈਏ। ਹੁਣ ਸਿੱਖਿਆ ਮੰਤਰੀ ਜੋ ਪ੍ਰਗਟ ਸਿੰਘ ਜੀ ਆ, ਉਹਨਾਂ ਨੇ ਸੁਜੈਸ਼ਨ ਦਿੱਤਾ ਸੀ ਕਿ ਜਿੰਨਿਆਂ ਬੱਚੇ ਨੇ ਪਟੀਸ਼ਨਰ ਨੇ ਉਹਨਾਂ ਦਾ ਵਿਦ ਹੈਂਡ ਰੱਖ ਕੇ ਬਾਕੀ ਭਰਤੀ ਪੂਰੀ ਕਰ ਦਿੱਤੀ ਜਾਵੇ। ਉਹ ਸਾਡੀਆਂ ਦੋ ਮੰਗਾਂ ਨੇ ਵੀ ਜੋ ਸਾਡੇ ਵਿੱਚ ਦੋਨੋਂ ਦੇ ਵਿੱਚ ਡਬਲਿੰਗ ਨਾ ਹੋਵੇ, 435 ਅਤੇ 364 ਦੋਨਾਂ ਨੂੰ ਇਕੱਠਾ ਜੁਆਇਨ ਕਰਾਇਆ ਜਾਵੇ, ਮਤਲਬ ਉਹਨਾਂ ਦੀ ਪੇ ਸਕੇਲ ਸੇਮ ਹੋਵੇ। ਹੋਰ ਸਾਡੀਆਂ ਮੇਨ ਮੰਗਾਂ ਓਵਰੇਜ, ਸਾਡੇ ਸਾਥੀ ਬਿਜਲੀ ਡਿਪਾਰਟਮੈਂਟ ਦੇ ਵਿੱਚ ਗੁਰਪ੍ਰੀਤ ਸਿੰਘ ਕਾਂਗੜ ਨੇ ਏਜ ਦਾ ਮੌਕਾ ਦਿੱਤਾ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਬੋਰਡ 'ਚ ਪੋਸਟਾਂ ਨਹੀਂ ਸੀ ਇਹਨਾਂ ਨੂੰ। ਇਸੇ ਤਰ੍ਹਾਂ ਸਾਡਾ ਉਹ ਲੰਮੇ ਸਮੇਂ ਤੋਂ ਸਾਡੀ ਏਜ ਦੀਆਂ ਪੋਸਟਾਂ ਨਹੀਂ ਮਿਲੀਆਂ, ਸਾਨੂੰ ਓਵਰ ਏਜ ਦਾ ਵਨ ਟਾਈਮ ਸਾਥੀ ਦਾ ਮੌਕਾ ਮਿਲਣਾ ਚਾਹੀਦਾ। ਮੇਰਾ ਨਾਮ ਪਰਵਿੰਦਰ ਲਾਹੌਰੀਆ, PBT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਪੰਜਾਬ ਵੱਲੋਂ ਅਸੀਂ ਜਲਾਲਾਬਾਦ ਤੋਂ ਆਏ, ਓਵਰਆਲ ਅਸੀਂ ਪੂਰੇ ਪੰਜਾਬ 'ਚੋਂ ਆਏ ਹਾਂ ਜੀ। ਅਤੇ ਇਹ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਧਰਨਾ ਲਗਾਇਆ ਜਾ ਰਿਹਾ, ਇਸ ਦੇ ਵਿੱਚ ਆਮ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ, ਤੁਹਾਨੂੰ ਲੱਗਦਾ ਵੀ ਆਮ ਲੋਕਾਂ ਨੂੰ ਇਹਨਾਂ ਧਰਨੇ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ, ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਣ ਤੋਂ ਜ਼ਿਆਦਾ ਪਰੇਸ਼ਾਨੀ ਲੋਕਾਂ ਨੂੰ ਹੁੰਦੀ ਹੈ। ਦੇਖੋ ਜਿਹੜੀ ਗੱਲ ਆਮ ਲੋਕਾਂ ਨੂੰ ਪਰੇਸ਼ਾਨੀ ਦੀ ਤੁਸੀਂ ਕਰਦੇ ਹੋ, ਸਾਡਾ ਕੋਈ ਵੀ ਇੱਦਾਂ ਦੀ ਸਾਡੀ ਮਨਸ਼ਾ ਨਹੀਂ ਹੁੰਦੀ ਕਿ ਅਸੀਂ ਆਮ ਪਬਲਿਕ ਨੂੰ ਜਿਹੜਾ ਪਰੇਸ਼ਾਨ ਕਰੀਏ, ਪਰ ਕਿਤੇ ਨਾ ਕਿਤੇ ਜਿਹੜੇ ਰੋਡ ਜਾਮ ਕਰੇ ਤੋਂ ਬਿਨਾਂ ਜਾਂ ਟੈਂਕੀਆਂ ਦੇ ਉੱਪਰ ਚੜ੍ਹੇ ਤੋਂ ਬਿਨਾਂ ਸਾਡੀ ਜਿਹੜੀ ਸਰਕਾਰ ਆ ਤੁਹਾਨੂੰ ਹੀ ਪਤਾ ਗੂੰਗੀ ਬੋਲੀ, ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਇਹ ਬੇਰੁਜ਼ਗਾਰਾਂ ਦੀ ਕਿਤੇ ਨਾ ਕਿਤੇ ਕੋਈ ਆਵਾਜ਼ ਨਹੀਂ ਸੁਣਦੀ, ਪਰ ਸਾਡੀ ਕੋਈ ਇਹੋ ਜਿਹੀ ਮਨਸ਼ਾ ਨਹੀਂ ਹੁੰਦੀ ਕਿ ਕਿਤੇ ਅਸੀਂ ਆਮ ਪਬਲਿਕ ਨੂੰ ਪਰੇਸ਼ਾਨ ਕਰੀਏ। ਅਸੀਂ ਆਮ ਪਬਲਿਕ 'ਤੇ ਜਿਹੜਾ ਉਹ ਸਹਾਰਾ ਲੈਣਾ ਚਾਹੁੰਦੇ ਹੁੰਦੇ, ਆਮ ਪਬਲਿਕ ਵੀ ਸਾਨੂੰ ਸਪੋਰਟ ਹੋਵੇ, ਆਮ ਪਬਲਿਕ ਵੀ ਇਹ ਦੇਖੇ ਕਿ ਇਹ ਸਰਕਾਰ ਦੇ ਵਿੱਚ ਜਿਹੜੇ ਲੋਕ ਹੈ ਬੇਰੁਜ਼ਗਾਰ ਆ, ਜਿਹਨਾਂ ਨੇ ਝੂਠੇ ਵਾਅਦੇ ਕੀਤੇ ਨੇ, ਉਹ ਕਿੰਨੇ ਕੁ ਦੁਖੀ ਆ। ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਨੇ ਅਤੇ ਉਹ ਭਵਿੱਖ ਨੂੰ ਬਣਾਉਂਦੇ ਨੇ ਅਧਿਆਪਕ, ਅਧਿਆਪਕਾਂ ਨੂੰ ਕਦੇ ਸੜਕਾਂ 'ਤੇ ਕਰਨਾ ਪੈ ਰਿਹਾ, ਕਦੇ ਦੇਖੋ ਜੀ ਇਹ ਤਾਂ ਸਾਰਿਆਂ ਨੂੰ ਹੀ ਪਤਾ ਕਿ ਜਿਹੜੇ ਟੀਚਰ ਹੁੰਦੇ ਦੇਸ਼ ਦੇ ਨਿਰਮਾਤਾ ਵਜੋਂ ਜਾਣੇ ਜਾਂਦੇ ਆ, ਪਰ ਕਿਉਂ ਸੜਕਾਂ 'ਤੇ ਬੈਠਣਾ ਪੈ ਰਿਹਾ, ਕਿਉਂ ਟੈਂਕੀਆਂ 'ਤੇ ਚੜ੍ਹਨਾ ਪੈ ਰਿਹਾ? ਇਹਦੇ ਪਿੱਛੇ ਜਿਹੜੀ ਮੌਜੂਦਾ ਜਿਹੜੀ ਪਹਿਲਾਂ ਸੀਗੀ ਕੈਪਟਨ ਸਰਕਾਰ, ਸਭ ਤੋਂ ਵੱਡਾ ਹੱਥ ਜਿਹੜਾ ਕੈਪਟਨ ਸਰਕਾਰ ਦਾ, ਕਿਉਂਕਿ 4.5 ਸਾਲ ਦਾ ਟਾਈਮ ਜਿਹੜਾ ਗਵਾ ਲਿਆ ਕਿ ਘਰ ਘਰ ਰੁਜ਼ਗਾਰ ਦੇਣ ਦੇ ਪਹਿਲਾਂ ਵਾਅਦੇ ਕੀਤੇ, 4.5 ਸਾਲ ਇੰਨਾ ਗਵਾ ਲਿਆ, ਆਪਣੇ ਵਿਧਾਇਕਾਂ ਨੂੰ ਨੌਕਰੀਆਂ ਵੰਡ ਲਈਆਂ, ਜਦੋਂ ਹੁਣ ਬੇਰੁਜ਼ਗਾਰਾਂ ਦੀ ਗੱਲ ਹੈ ਤਾਂ ਇਹ ਆਪਸ ਦੇ ਵਿੱਚ ਆਪਣੇ ਜਿਹੜੇ ਮੰਤਰੀ ਬਦਲਣ ਦੀ ਚਾਲ ਖੇਡੀ ਜਾਂਦੇ ਆ, ਮੁੱਖ ਮੰਤਰੀ ਬਦਲਣ ਦੀ ਚਾਲ ਖੇਡੀ ਜਾਂਦੇ, ਇੱਕ ਰਾਤ ਦੇ ਵਿੱਚ ਜੇਕਰ 3 ਮੁੱਖ ਮੰਤਰੀ ਬਦਲੇ
ਜਾ ਸਕਦੇ ਆ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਸਕਦਾ। ਇਹ ਸਰਕਾਰ ਚਾਹੇ ਤਾਂ ਰੁਜ਼ਗਾਰ ਦੇ ਸਕਦੀ, ਪਰ ਸਰਕਾਰ ਦੀ ਮੰਸ਼ਾ ਹੈ ਕਿ ਅਸੀਂ ਆਪਣੇ ਚਹੇਤਿਆਂ ਨੂੰ ਰੁਜ਼ਗਾਰ ਦੇਈਏ। ਸਾਡੇ ਜਿਹੜਾ ਰੁਜ਼ਗਾਰ ਹੈ, ਸਾਡੇ ਰੁਜ਼ਗਾਰ ਨੂੰ ਟੈਸਟਾਂ ਦੇ ਵਿੱਚ ਉਲਝਾ ਕੇ ਸਾਡੇ ਉੱਪਰ ਨਜਾਇਜ਼ ਸ਼ਰਤਾਂ ਲਗਾ ਕੇ ਸਾਨੂੰ ਵੰਝ ਕਰ ਰਹੇ। ਅੱਜ ਲਗਭਗ 1 ਸਾਲ ਹੋ ਗਿਆ ਸਾਡੀ ਜਿਹੜੀ ਨੌਕਰੀ ਜਿਹੜੀ ਪੋਸਟਾਂ ਨਿਕਲੀਆਂ ਹੋਈਆਂ ਉਹ ਹਾਲੇ ਵੀ ਲੰਬ ਰਹੀਆਂ। ਅਸੀਂ ਚਾਹੁੰਦੇ ਕਿ ਜਲਦੀ ਤੋਂ ਜਲਦੀ ਜਿਹੜਾ ਜੁਆਇਨਿੰਗ ਲੈਟਰ ਉਹ ਦਿੱਤੇ ਜਾਣ। ਜੇਕਰ ਹਾਲੇ ਵੀ ਮੰਗਾਂ ਨਾ ਮੰਨੀਆਂ ਗਈਆਂ ਤੇ ਕਿੰਨਾ ਕੁ ਲੰਬਾ ਇਹ ਸੰਘਰਸ਼ ਚੱਲੇਗਾ? ਦੇਖੋ, ਜੇ ਲੰਬੇ ਸੰਘਰਸ਼ ਦੀ ਗੱਲ ਕਰੀਏ, ਸਾਨੂੰ ਲਗਭਗ 4.5 ਸਾਲ ਹੋ ਗਏ ਜਦੋਂ ਦੀ ਕੈਪਟਨ ਸਰਕਾਰ ਬਣੀ ਹੈ, ਔਰ 2 ਮਹੀਨੇ ਅਸੀਂ ਬਾਦਲ ਸਰਕਾਰ ਦੇ ਵਿੱਚ ਵੀ ਸੰਘਰਸ਼ ਕੀਤਾ, ਔਰ ਪੂਰੇ 4.5 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦੇ ਨੂੰ। ਜਿੰਨੀ ਦੇਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ, ਚਾਹੇ ਕੋਈ ਸਰਕਾਰ ਆਵੇ, ਕੋਈ ਮੁੱਖ ਮੰਤਰੀ ਬਣੇ, ਕੋਈ ਐਜੂਕੇਸ਼ਨ ਮਿਨਿਸਟਰ ਬਣੇ, ਕੋਈ ਵੀ ਐਜੂਕੇਸ਼ਨ ਸੈਕਟਰੀ ਬਣੇ, ਸਾਡਾ ਸੰਘਰਸ਼ ਜਿਹੜਾ ਉਹ ਚੱਲਦਾ ਰਹੇਗਾ। ਸਾਡਾ ਮਸਲਾ ਜਿਹੜਾ, ਸਾਡਾ ਮਸਲਾ ਨੌਕਰੀ ਦਾ, ਜਿੰਨੀ ਦੇਰ ਸਾਨੂੰ, ਕਿਉਂਕਿ ਅਸੀਂ ਹਰੇਕ ਕੰਡੀਸ਼ਨ ਜਿਹੜੀ ਸਾਡੇ ਉੱਪਰ ਲਗਾਈ ਸੀ ਸਰਕਾਰ ਨੇ ਕਿ ਤੁਸੀਂ ਪਾਸ ਕਰੋ ਕਿ ਤੁਹਾਨੂੰ ਨੌਕਰੀ ਮਿਲੇਗੀ, ਅਸੀਂ ਹਰ ਇੱਕ ਕੰਡੀਸ਼ਨ ਜਿਹੜੀ ਉਹ ਕਲੀਅਰ ਕਰਦੇ ਹਾਂ। ਪਰ ਇੰਨੀਆਂ ਕੰਡੀਸ਼ਨਾਂ ਕਲੀਅਰ ਕਰਨ ਤੋਂ ਬਾਅਦ ਵੀ ਜੇ ਸਰਕਾਰ ਰੁਜ਼ਗਾਰ ਨਹੀਂ ਦਿੰਦੀ ਤਾਂ ਆਮ ਬੇਰੁਜ਼ਗਾਰਾਂ ਜਿਹੜਾ ਸੜਕਾਂ 'ਤੇ ਉਤਰਨਾ ਹੀ ਪਏਗਾ। ਇਹ ਵਾਲਾ ਰੋਡ ਬਲੌਕ ਕੀਤਾ ਗਿਆ, ਇਹ ਵਾਲਾ ਖੋਲ੍ਹ ਦਿੱਤਾ ਗਿਆ, ਇਸ ਨੂੰ ਖੋਲ੍ਹਣ ਦੀਆਂ ਕੀ ਸ਼ਰਤਾਂ ਸੀਗੀਆਂ ਅਤੇ ਇਸ ਨੂੰ ਖੋਲ੍ਹਣ ਦੀਆਂ? ਜਿਹੜਾ ਤਾਂ ਦੋਨੇ ਅਸੀਂ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਵੀ ਅਸੀਂ ਦੋਨੇ ਰੋਡ ਜਾਮ ਕੀਤੇ ਸੀ, ਸਾਨੂੰ ਪ੍ਰਸ਼ਾਸਨ ਵੱਲੋਂ ਜਿਹੜਾ ਮੀਟਿੰਗ ਦਾ ਸੱਦਾ ਆਇਆ ਕਿ ਤੁਸੀਂ ਜਿਹੜਾ ਐਜੂਕੇਸ਼ਨ ਮਿਨਿਸਟਰ ਨਾਲ ਮੀਟਿੰਗ ਕਰ ਲਓ, ਐਜੂਕੇਸ਼ਨ ਸੈਕਟਰੀ ਸਾਹਿਬ ਨਾਲ ਮੀਟਿੰਗ ਕਰ ਲਓ, ਸਾਡੇ ਜਿਹੜੇ ਸਾਥੀ 5-7 ਮੀਟਿੰਗ ਕਰਨ ਗਏ ਤਾਂ ਅਸੀਂ ਦੂਸਰਾ ਰੋਡ ਜਿਹੜਾ ਖੋਲ੍ਹਤਾ। ਪਰ ਜਦੋਂ ਮੀਟਿੰਗ ਕਰਨ ਗਏ ਤਾਂ ਸਾਨੂੰ ਜਵਾਬ ਮਿਲਿਆ ਕਿ ਮੀਟਿੰਗ ਜਿਹੜੀ ਨਹੀਂ ਹੋਈ, ਸਾਨੂੰ ਫਿਰ ਦੁਬਾਰਾ ਦੂਸਰਾ ਰੋਡ ਬਲੌਕ ਕਰਨਾ ਪੈ ਗਿਆ। ਔਰ ਹੁਣ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਜਿਹੜੇ ਬੇਰੁਜ਼ਗਾਰ ਸਾਥੀ ਆ ਉਹ ਲੰਗਰ ਛਕ ਰਹੇ ਆ, ਲੰਗਰ ਛਕਣ ਦੇ ਨਾਲ ਅਸੀਂ ਜਿਹੜਾ ਅਗਲੀ ਸਾਡੀ ਕਾਰਵਾਈ ਹੈ ਉਹ ਸਟੇਟ ਕਮੇਟੀ ਜਿਹੜੀ ਸਾਡੀ ਮੀਟਿੰਗ ਕਰ ਲਈ ਕਿ ਇਸ ਤੋਂ ਅੱਗੇ ਅਸੀਂ ਦੂਸਰਾ ਰੋਡ ਬਲੌਕ ਕਰਨਾ ਜਾਂ ਅੱਗੇ ਕਿਸੇ ਹੋਰ ਮਤਲਬ ਚੰਡੀਗੜ੍ਹ ਨੂੰ ਅਸੀਂ ਜਾਣਾ ਜਾਂ CM ਸਾਹਿਬ ਦੀ ਕੋਠੀ ਘੇਰਨੀ ਹੈ, ਉਹ ਅਸੀਂ ਮੀਟਿੰਗ ਕਰਕੇ ਹੋਰ ਥੋੜ੍ਹੀ ਦੇਰ ਟਾਈਮ ਦੇ ਵਿੱਚ ਵਿੱਚ ਅਸੀਂ ਉਹ ਐਕਸ਼ਨ ਜਿਹੜਾ ਉਹ ਕਰਾਂਗੇ। ਖਰੜ ਤੋਂ PBC ਨਿਊਜ਼ ਲਈ ਸਿਮਰਨ ਹੰਸ ਦੀ ਰਿਪੋਰਟ।